ਤਾਕਤ ਅਸੀਂ ਲਾ ਦਿੰਦੇ, ਲੇਕਿਨ ਤੁਸੀਂ ਇਹਨਾਂ ਨੂੰ ਦੇਣਾ ਇਲਾਜ ਪ੍ਰੋਪਰ ਕਰੋ, ਮਹਿੰਗੀ ਤੋਂ ਮਹਿੰਗੀ ਦਵਾਈ ਇਹਨਾਂ ਨੂੰ ਦੇ। ਉਸ ਵਕਤ ਨਾ ਉਹ ਜੋ ਮੇਰੇ ਦੋਸਤ ਹੈ ਉਹ ਵੀ ਡਾਕਟਰ ਸਖਾਵਤ ਵੀ ਬੜੀ ਦੇਰ ਕੇ ਲਈ ਖਾਮੋਸ਼ ਹੋ ਗਿਆ, ਬੜੀ ਚੁੱਪ ਹੋ ਗਿਆ ਕਿ ਕਿਆ ਜਜ਼ਬਾ ਹੈ, ਕਿਆ ਕਾਸ਼ ਇਹ ਜਜ਼ਬਾ ਹਮੇ ਵੀ ਹੋ, ਇਹ ਮੁਹੱਬਤ ਹਮੇ ਵੀ ਹੋ, ਹਮ ਜੋ ਦੁਨਿਆਵੀ ਮੁਹੱਬਤ ਕੇ ਪਿੱਛੇ ਪੜੇ ਹੋਏ, ਵਾਲਿਦੈਨ ਸੇ ਮੁਹੱਬਤ ਕਰੇਂ, ਆਪਣੇ ਔਲਾਦ ਸੇ ਮੁਹੱਬਤ ਕਰੇਂ, ਔਰ ਉਨ ਬੁੜੇ ਮਾਂ ਬਾਪ ਕਾ ਸਹਾਰਾ ਬਣਨੇ ਕੀ ਕੋਸ਼ਿਸ਼ ਕਰੇਂ, ਤੋ ਯਹੀ ਜ਼ਿੰਦਗੀ ਕਾ ਜੋ ਹਮਾਰਾ ਮਕਸਦ ਹੈ, ਔਰ ਅੱਲਾਹ ਤਾਲਾ ਸੇ ਦੁਆ ਹੈ ਕਿ ਹਮ ਇਸਮੇ ਕਾਮਯਾਬ ਵੀ ਹੋਂ। ਔਰ ਸਾਮੀਨ, ਇਹ ਪ੍ਰੋਗਰਾਮ ਮੇਂ ਕੋਈ ਆਪਕੋ ਨਾ ਥੋੜ੍ਹਾ ਇਗਜ਼ਾਸਟ ਕਰਨਾ ਨਹੀਂ ਥਾ, ਲੇਕਿਨ ਸਬਕ ਦੇਣਾ ਬੜਾ ਜ਼ਰੂਰੀ ਹੈ ਕਿ ਮੁਹੱਬਤ ਕਰਨੀ ਚਾਹੀਏ, ਮੁਹੱਬਤ ਹਰ ਸ਼ਖਸ ਪੇ ਬਰਸਤੀ ਹੈ ਔਰ ਹਰ ਜਗ੍ਹਾ ਬਰਸਤੀ ਹੈ, ਔਰ ਉਸ ਮੁਹੱਬਤ ਕੀ ਇਨਸਾਨ ਕੋ ਕਦਰ ਕਰਨੀ ਚਾਹੀਏ ਜੋ ਵਾਲਿਦੈਨ ਨੇ ਆਪਸੇ ਕੀ ਹੈ, ਔਰ ਬੁਢਾਪੇ ਕੀ ਉਮਰ ਮੇਂ। ਔਰ ਮੈਨੇ ਪੜ੍ਹਾ ਹੈ ਕਿ ਹਲਾਕ ਹੋ ਜਾਏ ਵੋ ਸ਼ਖਸ ਜੋ ਆਪਣੇ ਮਾਂ ਬਾਪ ਮੇਂ ਸੇ ਕਿਸੀ ਏਕ ਕੋ ਵੀ ਬੁਢਾਪੇ ਕੀ ਉਮਰ ਮੇਂ ਪਾਏ, ਔਰ ਫਿਰ ਉਨਕੀ ਖਿਦਮਤ ਕਰਕੇ ਜੰਨਤ ਨਾ ਹਾਸਿਲ ਕਰ ਸਕੇ। ਠੀਕ ਹੈ, ਖਿਦਮਤ ਕੀਜੀਏ ਇਨਕੀ, ਔਰ ਸਾਮੀਨ ਆਪਣਾ ਢੇਰ ਸਾਰਾ ਖਿਆਲ ਰੱਖੇ, ਆਪਣੇ ਅੜੋਸ ਪੜੋਸ ਦਾਏ ਬਾਏ ਇਧਰ ਉਧਰ ਰਹਿਣੇ ਵਾਲੋਂ ਕਾ ਵੀ, ਔਰ ਜਬ ਕਭੀ ਦੁਆਓਂ ਕੇ ਲਈ ਹੱਥ ਉਠਾਏ ਤੋ ਆਵਾਜ਼ ਗਰੁੱਪ ਆਫ ਰੇਡੀਓ 105 ਕੀ ਪੂਰੀ ਟੀਮ ਕੋ ਦੁਆਓਂ ਮੇਂ ਜ਼ਰੂਰ ਯਾਦ ਰੱਖੀਏਗਾ, ਔਰ ਮੁਝੇ ਥੋੜ੍ਹਾ ਐਕਸਟਰਾ ਬਿਕਾਜ਼ ਆਪਕੋ ਐਕਸਟਰਾ ਮਿਸ ਕਰਤਾ ਹੂੰ। ਸੋ ਨੈਕਸਟ ਮੁਲਾਕਾਤ ਹੋਣੇ ਵਾਲੀ ਹੈ ਸੰਡੇ ਯਾਨੀ ਇਤਵਾਰ 10 ਸੇ 12 ਵਜੇ ਤੱਕ, ਔਰ ਉਸ ਵਕਤ ਤੱਕ ਕੇ ਲੀਏ ਮੁਝੇ ਦੀਜੀਏਗਾ ਇਜਾਜ਼ਤ। ਅੱਲਾਹ ਨਿਕੇਬਾਨ, ਪਾਕਿਸਤਾਨ ਜ਼ਿੰਦਾਬਾਦ।